ਐਪੀ ਵੀ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਡਾ ਉਮੀਦਵਾਰ। ਅੱਜ ਅਸੀਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵਿੱਚ ਹਾਂ ਔਰ ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜਥੇਦਾਰ ਅਜੀਤ ਸਿੰਘ ਕੁਹਾੜ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਕੁਹਾੜ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਦੱਸ ਦਈਏ ਕਿ ਜਥੇਦਾਰ ਅਜੀਤ ਸਿੰਘ ਕੁਹਾੜ ਪਿਛਲੇ 20 ਸਾਲਾਂ ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਨੇ ਔਰ ਪਿਛਲੀਆਂ ਵਿੱਚ 4 ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਕੁਹਾੜ ਸਾਹਿਬ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਰਾਜਨੀਤੀ ਦੇ ਵਿੱਚ ਆਉਣ ਦਾ ਸਬੱਬ ਤੁਹਾਡਾ ਕਿਸ ਤਰ੍ਹਾਂ ਬਣਿਆ, ਕੀ ਉਦੇਸ਼ ਲੈ ਕੇ ਤੁਸੀਂ ਰਾਜਨੀਤੀ ਦੇ ਵਿੱਚ ਇਹ ਕਦਮ ਰੱਖਿਆ ਸੀ? ਕੁਹਾੜ ਖੁਰਦ ਪਿੰਡ ਜਿਹੜਾ ਬਹੁਤ ਛੋਟਾ ਜਿਹਾ ਪਿੰਡ ਆ ਜੀ, ਅਸੀਂ ਪਾਕਿਸਤਾਨ ਤੋਂ ਆਏ ਹਾਂ। ਇੱਥੇ ਮੈਂ ਪਹਿਲੀ ਵਾਰੀ ਸਰਪੰਚ ਜਦੋਂ ਬਣਿਆ ਉਦੋਂ ਮੈਂ ਨਾਬਾਲਗ ਸੀ। 40 ਸਾਲ ਮੈਂ ਆਪਣੇ ਪਿੰਡ ਦਾ ਸਰਪੰਚ ਰਿਹਾ ਕੰਟੀਨਿਊ ਸਰਬਸੰਮਤੀ ਨਾਲ, ਅਤੇ ਮੈਨੂੰ ਪਿੰਡ ਦੇ ਕੰਮ ਕਰਨ ਦਾ ਸ਼ੌਂਕ ਸੀ। ਸਾਡੇ 5 ਪਿੰਡਾਂ ਦੀ ਪੰਚਾਇਤ ਸੀ, ਉਸ ਤੋਂ ਨਾਲ ਨਾਲ ਹੀ ਮੈਂ ਸਰਕਲ ਜਥੇਦਾਰ ਬਣ ਗਿਆ, ਉਸ ਤੋਂ ਨਾਲ ਨਾਲ ਹੀ ਮੈਂ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਬਣ ਗਿਆ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਮਿਹਰਬਾਨੀ ਕਿ ਉਹਨਾਂ ਮੈਨੂੰ ਟਿਕਟ ਦੇ ਦਿੱਤੀ। ਪਹਿਲੀ ਇਲੈਕਸ਼ਨ ਪੋਸਟਪੋਨ ਹੋ ਗਈ ਸੀ, ਉਹ ਵੀ ਜਿੱਤਣੀ ਸੀ, ਫਿਰ ਉਸ ਤੋਂ ਬਾਅਦ 4 ਇਲੈਕਸ਼ਨਾਂ ਕੰਟੀਨਿਊ ਮੈਨੂੰ ਟਿਕਟ ਮਿਲੀ ਆ। ਮੈਂ ਪਾਰਟੀ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਾ, ਅਤੇ ਇਸ ਹਲਕੇ ਦੇ ਜਿਹੜੇ ਲੋਕ ਹੈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ। ਮੈਂ ਇਹਨਾਂ ਦਾ ਰੀੜੀ ਆ ਕਿ ਇਹਨਾਂ ਮੇਰੇ ਜੇ ਛੋਟੇ ਜਿਹੇ ਇਨਸਾਨ ਨੂੰ ਬਹੁਤ ਮੇਰੀ ਵੱਡੇ ਫਰਕ ਨਾਲ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਅੱਜ ਵੀ ਇਲੈਕਸ਼ਨ ਹੈ। ਇਹ ਹਲਕਾ ਬੈਕਵਰਡ ਬਹੁਤ ਸੀ, ਇਸ ਹਲਕੇ 'ਚੋਂ ਵਿੱਚੋਂ ਬਾਹਰੋਂ ਉਮੀਦਵਾਰ ਆਉਂਦੇ ਸੀ ਅਤੇ ਵੋਟਾਂ ਲੈ ਕੇ ਚਲ ਜਾਂਦੇ ਸੀ। ਨਾ ਤਾਂ ਇੱਥੇ ਕੋਈ ਸੜਕ ਸੀ, ਨਾ ਕੋਈ ਬਿਜਲੀ ਸੀ, ਨਾ ਕੋਈ ਐਜੂਕੇਸ਼ਨ ਦਾ ਪ੍ਰਬੰਧ ਸੀ। ਇੱਥੇ ਇਸ ਵੇਲੇ ਸਾਰਾ ਕਹੇ ਦਾ ਪ੍ਰਬੰਧ ਆ। 2 ਦਰਿਆ, ਜਿਹੜਾ ਦਰਿਆ ਹੈ ਉੱਥੇ ਗਿੱਦੜ ਪਿੰਡੀ ਪੁਲ ਬਣਿਆ, ਤਾਂ ਇੱਕ ਜਗਰਾਓ ਵਾਲਾ ਮਹਿਤਪੁਰ ਪੁਲ ਬਣਿਆ ਜੀ। ਇਹਦੇ ਨਾਲ ਸਾਡਾ ਮਾਲਵਾ, ਮਾਝਾ, ਦੁਆਬਾ ਮੇਲ ਹੋ ਗਿਆ, ਸਾਨੂੰ ਇਹਦੀ ਬੜੀ ਸਹੂਲਤ ਹੈ। 4 ਪੁਲ ਇੱਥੇ ਵਹੀ ਗੰਦੀ ਜਿਹੜੀ ਹੈ ਉਹ 4 ਪੁਲ ਜਿਹੜੇ ਆ ਵਹੀ 'ਤੇ ਬਣਾਏ ਆ। ਇੱਥੇ ਇੱਕ ਨਵੋਦਿਆ ਵਿਦਿਆਲਿਆ ਸਕੂਲ ਬਣਾਇਆ ਜਿਹੜਾ ਕਿ ਬਹੁਤ ਹੀ ਜ਼ਰੂਰੀ ਸੀ ਜੀ, ਉਹਦੇ ਬਗੈਰ ਸਾਡਾ ਕੰਮ ਨਹੀਂ ਸੀ ਚੱਲਦਾ, ਕਿਉਂਕਿ ਉਹਨੂੰ ਅਸੀਂ ਇੱਕ ਜ਼ਿਲ੍ਹੇ 'ਚ ਇੱਕੋ ਬਣਨਾ ਸੀ ਜੀ। ਇੱਥੇ ਵੱਡੇ ਵੱਡੇ ਕਾਂਗਰਸੀ ਹੋਏ, ਸਾਸਵਰ ਸਿੰਘ ਜੀ ਵਿਦੇਸ਼ ਮੰਤਰੀ ਹੋਇਆ, ਦਰਬਾਰਾ ਸਿੰਘ ਜੰਡਿਆਲ ਮੁੱਖ ਮੰਤਰੀ ਹੋਇਆ, ਪਰ ਉਹਨਾਂ ਨੇ ਪੰਜਾਬ ਦੀ ਤਾਂ ਕੀ ਸੇਵਾ ਕਰਨੀ ਸੀ, ਉਹਨਾਂ ਨੇ ਨਾ ਦੁਆਬੇ ਦੀ ਕੀਤੀ ਨਾ ਜ਼ਿਲ੍ਹੇ ਦੀ। ਮੈਂ ਸੋਚਦਾ ਸੀ ਉਹਨਾਂ ਨੇ ਕੀਤੀ ਕਿਉਂ ਨਹੀਂ, ਪਰ ਉਹਨਾਂ ਦੀ ਮਾੜੀ ਕਿਸਮਤ ਉਹ ਕਾਂਗਰਸ ਵਿੱਚ ਸੀ, ਕਿਉਂਕਿ ਕਾਂਗਰਸ ਜਿਹੜੀ ਆ ਪੰਜਾਬ ਦੀ ਉਹਨੂੰ ਸੈਂਟਰ ਵਿੱਚ ਉਹਦੀ ਪੁੱਛਦਾ ਸੀ, ਪੰਜਾਬ ਦਿੱਲੀ ਦੇ ਨਕਸ਼ੇ ਨਹੀਂ ਸੀ, ਇਸ ਕਰਕੇ ਸਾਡਾ ਹਲਕਾ ਵਾਜਰ ਰਹਿ ਗਿਆ। ਮੈਂ ਇੱਥੇ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਵੱਖ ਵੱਖ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਹੈ, ਤੁਸੀਂ ਕੁਛ ਮੰਤਵ ਲੈ ਕੇ ਆਏ ਹੋਵੋਗੇ ਆਪਣੇ ਹਲਕੇ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਨੇ ਨੇ, ਉਹਨਾਂ ਵਿੱਚੋਂ ਕੁਛ ਇੱਕ ਗਿਣਾਏ ਨੇ, ਕੁਛ ਇੱਕ ਹੋਰ ਵੀ ਜਿਹੜੇ ਕੰਮ ਤੁਸੀਂ ਕੀਤੇ ਨੇ। ਇਸ ਤੋਂ ਇਲਾਵਾ ਹੁਣ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ, ਇਸ ਦੇ ਵਿੱਚ ਤੁਸੀਂ ਕੀ ਮੁੱਖ ਮੁੱਦੇ ਜਿਹੜੇ ਨੇ ਉਹ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ, ਔਰ ਆਉਣ ਵਾਲੇ ਸਮੇਂ ਦੇ ਵਾਸਤੇ ਤੁਹਾਡੀਆਂ ਜਿਹੜੀਆਂ ਹਲਕੇ ਦੇ ਵਾਸਤੇ ਕੀ ਮੁੱਖ ਯੋਜਨਾ ਹੋਣੀ? ਜਿਹੜਾ ਹੁਣ ਆਉਣਾ ਇਹ ਅਸੀਂ ਵਿਕਾਸ ਦਾ ਏਜੰਡਾ ਲੈ ਕੇ ਤੁਰੇ ਜੀ, ਜਿਵੇਂ ਕਿ 4 ਸੜਕਾਂ ਮੈਂ ਆਪਣੇ ਹਲਕੇ 18 ਫੁੱਟੀਆਂ ਬਣਾਉਣ ਡਿਆ, ਉਹ ਹੁਣ ਕੰਪਲੀਟ ਹੋ ਗਈਆਂ। ਬਾਕੀ ਸੜਕਾਂ ਲਿੰਕ ਸੜਕਾਂ ਬਣਾਈਆਂ, ਐਜੂਕੇਸ਼ਨ ਦਾ ਬਹੁਤ ਵੱਡਾ ਸਕੂਲ ਬਣਾਇਆ। ਹੁਣ ਇੱਕ ਸਾਡੀ ਸਰਕਾਰ ਦਾ ਏਜੰਡਾ, ਉਹ ਏਜੰਡਾ ਇਹ ਆ ਕਿ ਪੰਜਾਬ ਵਿੱਚ 12,000 ਪਿੰਡ ਆ, 12,000 ਪਿੰਡ ਵਿੱਚ ਅਸੀਂ ਕੰਕਰੀਟ ਦੀਆਂ ਗਲੀਆਂ ਬਣਾਉਣੀਆਂ ਅਤੇ ਸੀਵਰੇਜ ਪਾਉਣਾ ਕੰਪਲੀਟ, ਕੰਪਲੀਟ ਪਾਣੀ ਪੀਣ ਵਾਲਾ ਚੰਗਾ ਮੁਹੱਈਆ ਕਰਨਾ ਅਤੇ ਲਾਈਟਾਂ ਦਾ ਪ੍ਰਬੰਧ ਕਰਨਾ। ਇਹ ਜਿਹੜੇ ਪਿੰਡ ਹੈ ਅਸੀਂ ਇਹਨਾਂ ਨੂੰ ਬਹੁਤ ਹੀ ਸੁੰਦਰ ਬਣਾਉਣਾ, ਜਿਹਨਾਂ ਨਾਲ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਹੋਣ। ਐਜੂਕੇਸ਼ਨ ਦਾ ਪ੍ਰਬੰਧ ਹੋਇਆ ਵੀ ਬਹੁਤ ਆ, ਪਰ ਜਿਹੜਾ ਰਹਿੰਦਾ ਅਸੀਂ ਉਹ ਵੀ ਕਰਾਂਗੇ। ਹੁਣ ਵੇਖੋ ਸ਼ਾਹਕੋਟ ਦੇ ਵਿੱਚ ਦੀ ਇੱਕ 4-ਲੇਨ ਸੜਕ ਬਣ ਰਹੀ ਆ, ਇਹਨਾਂ ਦੇ ਵਿਕਾਸ 'ਤੇ ਅਸੀਂ ਕੰਮ ਕਰਾਂਗੇ। ਵਿਕਾਸ ਦਾ ਭਾਈਚਾਰਕ ਸਾਹ, ਅਮਨ ਸ਼ਾਂਤੀ ਅਤੇ ਪੰਜਾਬ ਦਾ ਵਿਕਾਸ। ਇਸ ਤੋਂ ਇਲਾਵਾ ਕਿਹੜੀਆਂ ਇਹੋ ਜਿਹੀਆਂ ਹਲਕੇ ਦੇ ਵਿੱਚ ਤੁਸੀਂ 4-5 ਸਮੱਸਿਆਵਾਂ ਦੇਖਦੇ ਹੋ ਜਿਹਨਾਂ ਦਾ ਤੁਸੀਂ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ? ਇੱਥੇ ਜਿਹੜੀਆਂ ਸਮੱਸਿਆਵਾਂ ਵਾ ਉਹ ਮੈਂ ਅਮੂਮਨ ਹੱਲ ਕਰ ਲਿਆ ਜਦੋਂ ਦਾ ਮੈਂ ਰਾਜਨੀਤੀ 'ਚ ਆਇਆ। ਇੱਥੇ ਮੈਂ 7 ਗ੍ਰਿੱਡ ਬਣਾਏ ਬਿਜਲੀ ਦੇ, ਜਿਹਦੇ ਨਾਲ ਸਾਡੇ ਬਿਜਲੀ ਅੰਡਰਲੋਡ ਹੋਈ ਆ। ਐਲਕਾ ਮੈਂ ਪਿੰਡਾਂ ਦਾ ਕੋਈ ਟਰਾਂਸਫਾਰਮ ਓਵਰਲੋਡ ਨਹੀਂ ਰਹਿੰਦਾ, ਮੈਂ ਸਾਰੇ ਵੱਡੇ ਕਰਤੇ, ਟਰਾਂਸਫਾਰਮ ਵੱਖਰੇ ਕਰਾਤੇ, ਲਾਈਨਾਂ ਵੱਖਰੀਆਂ ਕਰਾਤੀਆਂ, ਹਰ ਥਾਂ ਹਰ ਡੇਰੇ ਦੇ ਇੱਕ ਇੱਕ ਬਾਰ ਡੇਰੇ ਦੇ
24 ਘੰਟੇ ਜਿਹੜੀ ਬਿਜਲੀ ਆ ਮੈਂ ਅਪਰੋਮ ਦੀ ਕੋਸ਼ਿਸ਼ ਕੀਤੀ ਆ ਬਿਜਲੀ ਦਾ ਕੰਮ ਵੀ ਸਾਡਾ ਹੋ ਗਿਆ ਸੜਕਾਂ ਦਾ ਕੰਮ ਵੀ ਸਾਡਾ ਹੋ ਗਿਆ ਹੁਣ ਤਾਂ ਜਿਹੜੇ ਨਵੇਂ ਪਲਾਨ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਭਾਈ ਜਿਹੜੇ ਪਿੰਡ ਹੈ ਅਸੀਂ ਇਹਨਾਂ ਨੂੰ ਜਿਵੇਂ ਮੈਂ ਅੱਗੇ ਫਰਮਾਇਆ ਵੀ ਕੰਕਰੀਟ ਦੀਆਂ ਗਲੀਆਂ ਕੰਪਲੀਟ ਸੀਵਰੇਜ ਕੰਪਲੀਟ ਪਾਣੀ ਵਾਲਾ ਪਾਣੀ ਪੀਣ ਵਾਲਾ ਪਾਣੀ ਅਤੇ ਕੰਪਲੀਟ ਲਾਈਟਾਂ ਇਹ ਅਸੀਂ ਪ੍ਰਬੰਧ ਕਰਨਾ ਬਾਕੀ ਸਾਡਾ ਜਿਹੜਾ ਹਲਕਾ ਵਾ ਹੁਣ ਕੋਈ ਬੈਕਵਰਡ ਨਹੀਂ ਜੀ ਇੱਥੇ ਵੱਡੀ ਤੋਂ ਵੱਡੀ ਸੰਸਥਾ ਐਜੂਕੇਸ਼ਨ ਦੀ ਆ ਸੜਕਾਂ ਵੱਧ ਬਣ ਜੀ ਤੁਸੀਂ ਕਿਉਂਕਿ ਤਿੰਨ ਵਾਰ ਪਿਛਲੀਆਂ ਜਿਹੜੀਆਂ ਅਕਾਲੀ ਭਾਜਪਾ ਸਰਕਾਰਾਂ ਰਹੀਆਂ ਉਹਨਾਂ ਦੇ ਵਿੱਚ ਮੰਤਰੀ ਵੀ ਰਹੇ ਹੋ ਸਰ ਪੂਰੇ ਪੰਜਾਬ ਪੱਧਰ ਦੇ ਉੱਤੇ ਤੁਹਾਨੂੰ ਪਤਾ ਹੈ ਪੂਰੇ ਪੰਜਾਬ ਪੱਧਰ 'ਤੇ ਤੁਸੀਂ ਕੰਮ ਕੀਤਾ ਹੈ ਪੰਜਾਬ ਨੂੰ ਦਰਪੇਸ਼ ਇਸ ਵੇਲੇ ਕੁਝ ਮੁਸ਼ਕਲਾਂ ਕਿਹੜੀਆਂ ਨੇ ਖਾਸ ਕਰਕੇ ਜਿਸ ਤਰ੍ਹਾਂ ਜ਼ਿਕਰ ਕੀਤਾ ਜਾਂਦਾ ਹੈ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਭ੍ਰਿਸ਼ਟਾਚਾਰ ਦਾ ਇਸ ਮਾਮਲੇ ਦੇ ਵਿੱਚ ਤੁਹਾਡੀ ਸਰਕਾਰ ਕਿੱਥੋਂ ਤੱਕ ਸਫਲ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਾਸਤੇ ਤੁਹਾਡੀਆਂ ਕੀ ਪ੍ਰਮੁੱਖ ਯੋਜਨਾਵਾਂ ਨੇ ਜਿਹੜੀ ਆ ਬੇਰੁਜ਼ਗਾਰੀ ਦੀ ਗੱਲ ਹੈ ਵੇਖੋ ਅਸੀਂ ਜਿੰਨੀਆਂ ਵੀ ਨੌਕਰੀਆਂ ਕਾਫੀ ਨੌਕਰੀਆਂ ਕੱਢੀਆਂ ਗਾਹ ਵੀ ਕੱਢਾਂਗੇ ਅਸੀਂ ਮੈਟ 'ਤੇ ਕਰਤਾ ਭਾਈ ਕਿਸੇ ਦੀ ਲਿਆਕਤ ਦਾ ਮੁੱਲ ਪਵੇ ਨਾ ਕਿ ਕਿਸੇ ਨੂੰ ਸਿਫਾਰਸ਼ ਦੀ ਜਾਂ ਪੈਸੇ ਲੋੜ ਪੈਣ ਉਹ ਬੜੇ ਖੁਸ਼ ਮੇਰੇ ਹਲਕੇ 'ਚ ਘੱਟੋ ਘੱਟ 60 ਤਾਂ ਸਿਪਾਹੀ ਭਰਤੀ ਹੋ ਗਏ ਟੀਚਰ ਹੋ ਗਏ ਉਹ ਬੱਚੇ ਬੜੇ ਖੁਸ਼ ਹੈ ਉਹਦੇ ਸਾਨੂੰ ਕਿਸੇ ਨੂੰ ਨਾ ਪੈਸਾ ਦੇਣਾ ਪਿਆ ਨਾ ਕਿਸੇ ਨੂੰ ਕਹਿਣਾ ਪਿਆ ਬਾਦਲ ਸਾਹਿਬ ਨੇ ਇਹੋ ਜਿਹੀ ਪੋਲਸੀ ਬਣਾਈ ਹੈ ਕਿ ਉਹ ਸਾਨੂੰ ਨੌਕਰੀ ਮਿਲ ਗਈ ਜਿਹੜੀ ਨਸ਼ਿਆਂ ਦੀ ਗੱਲ ਹੈ ਨਸ਼ਿਆਂ ਦੀ ਗੱਲ ਇਸ ਵੇਲੇ ਸੰਸਾਰ 'ਤੇ ਆ ਪਰ ਪੰਜਾਬ ਵਿੱਚ ਬਹੁਤ ਜ਼ਿਆਦਾ ਕੰਟਰੋਲ ਹੈ ਅਸੀਂ ਹੋਰ ਵੀ ਕੰਟਰੋਲ ਕਰਾਂਗੇ ਔਰ 6ਵਾਂ ਵਰਲਡ ਕੱਪ ਕਰਾਇਆ ਜਾ ਰਿਹਾ ਇਹ ਨਸ਼ਿਆਂ ਦਾ ਕਰਕੇ ਹੀ ਕਰਾਇਆ ਰਿਹਾ ਕਿ ਬੱਚੇ ਜਿਹੜੇ ਆ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਨਾਲੇ ਮੁਕਾਬਲੇ 'ਚ ਪੈਣ ਅਸੀਂ ਪਿੰਡ ਪਿੰਡ ਜਿਮ ਬਣਾਉਣ ਡਿਆ ਅਤੇ ਸਟੇਡੀਅਮ ਵੀ ਬਣਾਉਣ ਡਿਆ ਕਿ ਸਾਡੇ ਬੱਚੇ ਜਦੋਂ ਖੇਡਾਂ ਦਾ ਰੁਝਾਨ ਵਧੂਗਾ ਨਸ਼ਿਆਂ ਦਾ ਰੁਝਾਨ ਘਟੂਗਾ ਪਰ ਕਾਂਗਰਸ ਵਾਲੇ ਜਿਹੜੇ ਇਹ ਜਿਹੜਾ ਆਉਂਦੇ ਆ ਕਿ ਪੰਜਾਬ ਵਿੱਚ 75% ਨਸ਼ਾ ਲੋਕ ਪੀਤੀ ਜਾਂਦੇ ਆ ਇਹਨਾਂ ਦਾ ਬੁੱਧ ਭ੍ਰਿਸ਼ਟ ਹੋਈ ਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ 50% ਤਾਂ ਬੀਬੀਆਂ ਦੀ ਪਾਪੂਲੇਸ਼ਨ ਪੰਜਾਬ 'ਚ ਕੋਈ ਬੀਬੀ ਸ਼ਰਾਬ ਹੀ ਨਹੀਂ ਪੀਂਦੀ ਤਾਂ ਫਿਰ ਤੁਸੀਂ ਵੇਖ ਲਓ ਸ਼ਹਿਰ ਵੇਖ ਲਓ ਪਿੰਡ ਵੇਖ ਲਓ ਉਹਦੀ ਗਿਣਤੀ ਵੇਖੋ ਉਹ ਬਹੁਤ ਹੀ ਘੱਟ ਲੋਕਾਂ ਦੀ ਆ ਪੰਜਾਬ ਨੂੰ ਬਦਨਾਮ ਜ਼ਿਆਦਾ ਕਰਦੇ ਆ ਇਹਨਾਂ ਨੂੰ ਨਹੀਂ ਚਾਹੀਦਾ ਆਪਣੇ ਪੰਜਾਬ ਨੂੰ ਬਦਨਾਮ ਕਰਨਾ ਇੱਥੇ ਗੁਰੂ ਮਹਾਰਾਜ ਦੀ ਚਰਨਾਂ ਦੀ ਛੋਹ ਪ੍ਰਾਪਤ ਆ ਕਿ ਅਸੀਂ ਇਸੇ ਕਰਕੇ ਹੀ ਜੋ ਗੁਰੂ ਸਾਹਿਬਾਨਾਂ ਦੀਆਂ ਯਾਦਗਾਰਾਂ ਜਾਂ ਖਾਲਸਾ ਬਰਾਤ ਜਾਂ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਅਤੇ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਜਿਹੜੀਆਂ ਯਾਦਗਾਰ ਬਣਾਈਆਂ ਗੁਰੂ ਰਵਿਦਾਸ ਮਹਾਰਾਜ ਦੀ ਬਣਾਈ ਆ ਇਹ ਇਹੋ ਹੀ ਕਾਰਨ ਹੈ ਕਿ ਲੋਕ ਇਸ ਪਾਸੇ ਹਟ ਕੇ ਧਾਰਮਿਕ ਖਿਆਲਾਂ ਵਾਲਾ ਹੋ ਕੇ ਗੁਰੂ ਬਣੇ ਹੋ ਕੇ ਅਤੇ ਨਸ਼ਿਆਂ ਤੋਂ ਇਹ ਨਜਾਇਜ਼ ਪਾਉਣਗੇ ਸਾਨੂੰ ਪੂਰਾ ਭਰੋਸਾ ਅਸੀਂ ਇਸੇ ਆਸ ਨਾਲ ਹੀ ਸਾਰਾ ਕੁਝ ਕੀਤਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਸ ਵਾਰ ਮੁੱਖ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਤਿਕੋਣਾ ਮੁਕਾਬਲਾ ਜਿਹੜਾ ਹੈ ਸਿਆਸੀ ਤੌਰ ਦੇ ਉੱਤੇ ਉਹ ਹੋ ਰਿਹਾ ਹੈ ਮੌਜੂਦਾ ਦੌਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਚਾਹੁੰਦੇ ਕਿ ਪੰਜਾਬ ਦੀ ਸਰਕਾਰ ਆਉਣ ਵਾਲੀ ਜਿਹੜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਕਿਸ ਤਰ੍ਹਾਂ ਦਾ ਉਸਦਾ ਸਰੂਪ ਜਿਹੜਾ ਉਹ ਹੋਣਾ ਚਾਹੀਦਾ ਹੈ ਮੁਕੰਮਲ ਬਹੁਤ ਬਤਨਾ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੂਗਾ ਵਿਕਾਸ ਦੇ ਏਜੰਡੇ 'ਤੇ ਜਿਹੜੀਆਂ ਦੂਜੀਆਂ ਪਾਰਟੀਆਂ ਇਹਨਾਂ ਦਾ ਤਾਂ ਪੰਜਾਬ ਵਿੱਚ ਨਾਓ ਨਿਸ਼ਾਨ ਹੈ ਨਹੀਂ ਜਿਹੜੇ ਆਪ ਵਾਲੇ ਆ ਇਹ ਤਾਂ ਐਵੇਂ ਉੱਪਰ ਉੱਪਰ ਹੀ ਫਿਰਦੇ 2-2 ਕਰੋੜ ਦੀ ਤਾਂ ਟਿਕਟ ਵੇਚਦੇ ਆ ਕਦੀ ਕਿਸੇ ਦੀ ਬਦਲ ਦਿੰਦੇ ਆ ਜੇ ਕਿਸੇ ਨੇ 1 ਕਰੋੜ ਰੁਪਈਆ ਰਹਿ ਜਾਂਦਾ ਉਹਦੀ ਟਿਕਟ ਬਦਲ ਕੇ ਨਵੇਂ ਨੂੰ ਦੇ ਦਿੰਦੇ ਇਹੋ ਹੀ ਹਾਲ ਕਾਂਗਰਸ ਦਾ ਹੋਇਆ ਪਿਆ ਕਾਂਗਰਸ ਅੱਜ ਤੱਕ ਟਿਕਟਾਂ ਨਹੀਂ ਵੰਡ ਸਕੀ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਬੁਰਾ ਹਾਲ ਆ ਪੰਜਾਬ ਵਿੱਚ ਆਪ ਨੂੰ ਕਿਸੇ ਨਹੀਂ ਪੁੱਛਣਾ ਚੰਡੀਗੜ੍ਹ ਇੱਕ ਪੜ੍ਹਿਆ ਲਿਖਿਆ ਦਾ ਸ਼ਹਿਰ ਜਿਹੜਾ ਜਦੋਂ ਨਵੀਂ ਨਵੀਂ ਪਾਰਟੀ ਤੁਰੀ ਸੀ ਇਹਨਾਂ ਦੀਆਂ ਲੋਕ ਅੱਖਾਂ ਦੀਆਂ ਪਲਕਾਂ 'ਤੇ ਬਿਠਾਉਂਦੇ ਸੀ ਇਹਨਾਂ ਨੂੰ ਪਰ ਅੱਜ ਜੋ ਦੁਰਦਸ਼ਾ ਚੰਡੀਗੜ੍ਹ 'ਚ ਹੋਈ ਹੈ ਵੇਖੋ 25 ਸੀਟਾਂ ਦੀ ਇਲੈਕਸ਼ਨ ਹੋਈ 21 ਜਿੱਤ ਗਏ ਅਕਾਲੀ ਦਲ ਭਾਜਪਾ 4 ਜਿੱਤੀ ਕਾਂਗਰਸ ਅਤੇ ਜਿਹੜੇ 24 ਉਮੀਦਵਾਰ ਆਪਦੇ ਸੀ ਉਹਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਇੱਕ ਉਮੀਦਵਾਰ ਨੂੰ ਵੋਟ ਹੀ 1 ਪਈ ਉਹਦੇ ਘਰ ਦੀਆਂ 8 ਵੋਟਾਂ ਸੀ ਉਹਨਾਂ ਨੇ ਵੀ ਨਹੀਂ ਪਾਈਆਂ ਇਹ ਪੰਜਾਬ ਵਿੱਚ ਤਾਂ ਇਹਨਾਂ ਨੂੰ ਕੀ ਪਸੰਦ ਕਰਨਾ ਇਹਨਾਂ ਤਾਂ ਚੰਡੀਗੜ੍ਹ ਨੇ ਨਹੀਂ ਕੀਤਾ ਇੱਕ ਵਾਰੀ ਦਿੱਲੀ ਵਾਲਿਆਂ ਨੇ ਗਲਤੀ ਕਰ ਲਈ ਆ ਦਿੱਲੀ ਵਾਲੇ ਵੀ ਪਛਤਾਉਂਦੇ ਆ ਜੇ ਦਿੱਲੀ 'ਚ ਅੱਜ ਇਲੈਕਸ਼ਨ ਹੋਵੇ ਇਹਨੂੰ 1 ਨਹੀਂ ਵੋਟ ਪੈਂਦੀ ਕੇਜਰੀਵਾਲ ਦੀ ਕੋਈ ਗੱਲ ਸੁਣ ਕੇ ਕੁਛ ਨਹੀਂ ਇਹ ਤਾਂ ਪੱਕੇ ਬੰਦੇ ਜਿਹੜੇ ਆ ਇਹਨਾਂ ਰੱਖੇ ਰੁੱਖੇ ਆ ਕਿਉਂਕਿ ਪੈਸਾ ਪੂਸਾ ਬਾਹਰੋਂ ਮੰਗਵਾਉਂਦੇ ਆ ਉਹ ਵੀ ਲੋਕ ਹੁਣ ਸਮਝ ਗਏ ਸਿਆਣੇ ਹੋ ਗਏ ਇਹਨਾਂ ਨੂੰ ਪੈਸਾ ਦੇਣ ਦੀ ਕੋਈ ਜ਼ਰੂਰਤ ਨਹੀਂ ਜੀ ਪਰ ਸਰ ਤੁਸੀਂ ਸਾਡੇ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੇ ਵਾਸਤੇ ਕੋਈ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਮਾਧਿਅਮ ਰਾਹੀਂ ਹਾਂ ਵੇਖੋ ਜੀ
ਜਿਹੜੇ ਅਜੀਤ ਹੈ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਸੰਸਾਰ ਭਰ ਦੇ ਲੋਕ ਜਿਹੜੇ ਹੈ ਅਜੀਤ ਉਹਨਾਂ ਲੋਕਾਂ ਦੇ ਦਰਸ਼ਨ ਬਾਰ ਕਰਦਾ ਜੋ ਸੁਨਿਆ ਐਨ ਰੋਲ ਅਜੀਤ ਵਾਲੇ ਦਿੰਦੇ ਆ ਸ਼ਾਇਦ ਹੀ ਇੰਨਾ ਕੋਈ ਹੋਰ ਦੇ ਸਕਦਾ ਹੋਵੇ ਫਿਰ ਬਗੈਰ ਕਿਸੇ ਲਾਲਚ ਦਾ ਮੇਰਾ ਤਾਂ ਉਹਨਾਂ ਗਾੜੀ ਸਿਰ ਝੁਕਦਾ ਵੀ ਜੋ ਲੋੜਵੰਦ ਲੋਕਾਂ ਦਾ ਸੇਵਾ ਕਰ ਰਹੇ ਅਜੀਤ ਵਾਲੇ ਉਹਨਾਂ ਦਾ ਮੁਕਾਬਲਾ ਕੋਈ ਤਾਂ ਕੋਈ ਸ਼ਬਦ ਵੀ ਨਹੀਂ ਹੈ ਜਿਹਦੇ ਨਾਲ ਮੈਂ ਅਜੀਤ ਅਖਬਾਰ ਦੀ ਹਮਦਰਦ ਸਾਹਿਬ ਦੀ ਮੈਂ ਸਿਫਤ ਕਰ ਸਕਾਂ ਮੇਰੇ ਕੋਈ ਸ਼ਬਦ ਨਹੀਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਅਜੀਤ ਜੀ ਤੁਸੀਂ ਇਸ ਤਰ੍ਹਾਂ ਸਰਾਹਨਾ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਜਿਹੜਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੀ ਜਿਹੜੀ ਸੀ ਜਾਣ ਪਛਾਣ ਕਰਵਾਈ ਔਰ ਵੱਖ ਵੱਖ ਮੁੱਦਿਆਂ 'ਤੇ ਜਿਹੜੀ ਸੀ ਜਾਣਕਾਰੀ ਦਿੱਤੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ